ਭਾਰਤ ਦੇ ਵਿੱਚ ਵੀ ਕੋਰੋਨਾ ਵਾਇਰਸ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਨੇ। ਪ੍ਰਸ਼ਾਸਨ ਨੂੰ ਲੋਕ ਥੋੜ੍ਹਾ ਜਿਹਾ ਸਹਿਯੋਗ ਘੱਟ ਦੇ ਰਹੇ ਸੀਗੇ, ਉਹਦੇ ਸੰਦਰਭ ਦੇ ਵਿੱਚ ਪ੍ਰਸ਼ਾਸਨ ਨੇ ਸਖ਼ਤੀ ਕੀਤੀ। ਸਖ਼ਤੀ ਦਾ ਸ਼ੁਰੂ ਵਿੱਚ ਲੋਕਾਂ ਵਿੱਚ ਮਾੜਾ ਸੰਦੇਸ਼ ਗਿਆ, ਪੁਲਿਸ ਦਾ ਕੰਮ ਹੁੰਦਾ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਨੀ ਕਾਨੂੰਨ ਦੇ ਹਿਸਾਬ ਨਾਲ। ਫੌਜ ਮਹਾਰਾ ਦੀਆਂ ਜਿਹੜੀਆਂ ਵਸਤਾਂ ਨੇ ਸਾਡੀਆਂ, ਉਹ ਤੋਂ ਮਤਲਬ ਕਿ ਹੈ ਅਸੀਂ ਪਰੇਸ਼ਾਨ ਹਾਂ, ਕਿਉਂਕਿ ਟਰੈਕਟਰਾਂ ਦੇ ਵਿੱਚ ਡੀਜ਼ਲ ਵੀ ਹੈ ਨਹੀਂ, ਮਾਲ ਪਸ਼ੂਆਂ ਨੂੰ ਚਾਰਾ ਵੀ ਲੈ ਕੇ ਆਉਣਾ ਅਤੇ ਚਾਰਾ ਕਿਵੇਂ ਲੈ ਕੇ ਆਵਾਂਗੇ। ਸਮਾਨ ਦਾ ਰੇਟ ਵਧਾ ਦਿੱਤਾ ਦੁਕਾਨਦਾਰਾਂ ਨੇ, ਪੀੜ ਪਾਣੀ ਮੰਗੇ ਨੇ ਕੰਮ 'ਤੇ ਆਉਣ, ਮਤਲਬ ਹੁਣ ਚਾਹ ਨੇ ਕੰਮ 'ਤੇ ਆਉਂਦੇ ਤਾਂ ਪੁਲਿਸ ਦਾ ਰਹੇ, ਜੇ ਨਹੀਂ ਕੰਮ 'ਤੇ ਆਉਂਦੇ ਤਾਂ ਜ਼ਿੰਮੇਵਾਰਾਂ ਦਾ। ਮੰਗ ਕੇ ਖਾਂਦੇ ਸੀ ਜਾਂ ਕਿਤੋਂ ਲੰਗਰ 'ਚੋਂ ਖਾਂਦੇ ਸੀ, ਜਾਂ ਹੁਣ ਦੁਕਾਨਾਂ ਅਤੇ ਘਰ ਬੰਦ ਹੋਣ ਕਰਕੇ ਉਹਨਾਂ ਦਾ ਵੀ ਬੁਰਾ ਹਾਲ ਸੀ। ਕੋਰੋਨਾ ਵਾਇਰਸ ਦੀ ਬਿਮਾਰੀ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ, ਜਿਸ ਤੋਂ ਬਾਅਦ ਹੁਣ ਭਾਰਤ ਦੇ ਵਿੱਚ ਵੀ ਕੋਰੋਨਾ ਵਾਇਰਸ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਨੇ, ਜਿਸ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਵੀ ਆਪਣਾ ਭਾਰਤ ਦੇ ਵਿੱਚ ਕਰਫਿਊ ਐਲਾਨ ਕੀਤਾ, ਅਤੇ ਉਹ ਕਰਫਿਊ ਦੇ ਚੱਲਦਿਆਂ ਪੰਜਾਬ ਦੇ ਵਿੱਚ ਕੀ ਮਾਹੌਲ ਨੇ, ਪਿੰਡਾਂ ਦੇ ਵਿੱਚ ਕੀ ਮਾਹੌਲ ਨੇ, ਕਿਵੇਂ ਦੀਆਂ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਨੇ, ਅਤੇ ਕਿਹੋ ਜਿਹਾ ਮਤਲਬ ਇੱਥੇ ਸਥਿਤੀ ਬਣੀ ਹੋਈ ਹੈ, ਪੁਲਿਸ ਪ੍ਰਸ਼ਾਸਨ ਕਿਸ ਤਰ੍ਹਾਂ ਦੀ ਭੂਮਿਕਾ ਨਿਭਾ ਰਿਹਾ, ਉਹਦੇ ਬਾਰੇ ਪੂਰੇ ਅਸੀਂ ਲੋਕਾਂ ਨਾਲ ਗੱਲਬਾਤ ਕਰਾਂਗੇ। ਕੋਰੋਨਾ ਵਾਇਰਸ ਨੂੰ ਲੈ ਕੇ ਜਿਹੜਾ ਪੂਰੇ ਭਾਰਤ ਵਿੱਚ ਕਰਫਿਊ ਲੱਗਿਆ, ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਹੁਣ ਕਿਹੋ ਜਿਹਾ ਮਾਹੌਲ? ਪਿੰਡਾਂ ਦੇ ਵਿੱਚ ਇਹ ਹੈ ਜੀ, ਪਹਿਲਾਂ ਪ੍ਰਸ਼ਾਸਨ ਨੂੰ ਲੋਕ ਥੋੜ੍ਹਾ ਜਿਹਾ ਸਹਿਯੋਗ ਘੱਟ ਦੇ ਰਹੇ ਸੀਗੇ, ਉਹਦੇ ਸੰਦਰਭ ਦੇ ਵਿੱਚ ਪ੍ਰਸ਼ਾਸਨ ਨੇ ਸਖ਼ਤੀ ਕੀਤੀ। ਸਖ਼ਤੀ ਦਾ ਸ਼ੁਰੂ ਵਿੱਚ ਲੋਕਾਂ ਵਿੱਚ ਮਾੜਾ ਸੰਦੇਸ਼ ਗਿਆ, ਕਿਉਂਕਿ ਜੋ ਸਖ਼ਤੀ ਕੀਤੀ, ਇੱਕ ਤਾਂ ਪੁਲਿਸ ਦਾ ਕੰਮ ਹੁੰਦਾ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਨੀ ਕਾਨੂੰਨ ਦੇ ਹਿਸਾਬ ਨਾਲ, ਅਕੋਰਡਿੰਗ ਟੂ ਲਾਅ, ਪਰ ਉਹਦੇ ਵਿੱਚ ਕੀ ਕੀਤਾ ਹੁਣ ਲੋਕ ਦੇਖੋ, ਪੰਜਾਬੀਆਂ ਦਾ ਸੁਭਾਅ ਖੁੱਲ੍ਹਾ ਡੁੱਲਾ। ਮੈਂ ਇਹ ਨਹੀਂ ਕਹਿੰਦਾ ਲੋਕ ਠੀਕ ਹੈ, ਲੋਕ ਸੜਕਾਂ 'ਤੇ ਕਿਉਂ ਆਏ, ਨਹੀਂ ਆਉਣਾ ਚਾਹੀਦਾ ਸੀ ਉਹਨਾਂ ਨੂੰ, ਪਰ ਕਈ ਦਫ਼ਾ ਦੇਖਿਆ ਕਿ ਜੈਂਟਲ ਪਰਸਨ ਸੀਗੇ, ਨਾਲ ਉਹਨਾਂ ਦੇ ਫੈਮਿਲੀ ਵੀ ਸੀਗੀ, ਹੋ ਸਕਦਾ ਉਹਨਾਂ ਨੂੰ ਕੋਈ ਸੀਵੀਅਰ ਪ੍ਰੋਬਲਮ ਹੋਵੇ, ਉਹ ਜ਼ਰੂਰੀ ਆਰਟੀਕਲ ਮੈਡੀਸਨਸ ਵਗੈਰਾ ਲੈ ਕੇ ਜਾਂਦੇ ਹੋਣ, ਉਹਨਾਂ ਦੀ ਕੁੱਟਮਾਰ ਕੀਤੀ ਗਈ। ਉਹਨਾਂ ਨੂੰ ਜਿਵੇਂ ਇੱਕ ਕਲਾਸਰੂਮ ਦੇ ਵਿੱਚ ਬੱਚਿਆਂ ਨੂੰ ਟੀਚਰ ਵੱਲੋਂ ਮੁਰਗੇ ਬਣਾਏ ਜਾਂਦਾ, ਉਹ ਬਣਾਇਆ ਗਿਆ। ਚਲੋ ਇਸ ਤੋਂ ਜਿਹੜੀ ਮਾੜੀ ਗੱਲ, ਸਭ ਤੋਂ ਮਾੜੀ ਗੱਲ ਕੀ ਹੋਈ ਕਿ ਉਹਨਾਂ ਨੇ ਵੀਡੀਓ ਬਣਾ ਕੇ ਸੋਸ਼ਲ ਸਾਈਟ ਦੇ ਉੱਪਰ ਅਪਲੋਡ ਕੀਤੀਆਂ ਗਈਆਂ, ਉਹਦੇ ਵਿੱਚ ਲੋਕਾਂ ਵੱਲੋਂ ਭੱਦੇ ਭੱਦੇ ਕਮੈਂਟ ਕੀਤੇ ਗਏ, ਇਹ ਬਹੁਤ ਮਾੜੀ ਗੱਲ ਹੈ। ਸੋਸ਼ਲ ਮੀਡੀਆ ਦਾ ਪੰਜਾਬ ਪੁਲਿਸ ਵੱਲੋਂ ਬਹੁਤ ਹੀ ਗਲਤ ਤਰੀਕੇ ਨਾਲ ਯੂਜ਼ ਕੀਤਾ ਗਿਆ। ਇਸ ਚੀਜ਼ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਕੈਪਟਨ ਅਮਰਿੰਦਰ ਸਿੰਘ ਨੇ DGP ਪੰਜਾਬ ਨੂੰ ਦਿਨਕਰ ਗੁਪਤਾ ਜੀ ਨੂੰ ਇਹ ਹਦਾਇਤ ਦਿੱਤੀ ਹੈ ਕਿ ਤੁਸੀਂ ਇੱਦਾਂ ਦੀ ਕਾਰਵਾਈ ਕਰਨ ਵਾਲੇ ਪੁਲਿਸ ਜਿਹੜੇ ਮੁਲਾਜ਼ਮ ਉਹਨਾਂ ਨੂੰ ਪੁਲਿਸ ਲੈਣ ਹਾਜ਼ਰ ਕੀਤਾ ਜਾਵੇ। ਇਸ ਤੋਂ ਬਾਅਦ ਇੱਕ ਲੋਕਾਂ ਦੇ ਵਿੱਚ ਵੀ ਥੋੜ੍ਹਾ ਇਹ ਦੇਖਣ ਨੂੰ ਪਾਇਆ ਗਿਆ ਕਿ ਦੇਖੋ, ਜਿਹੜਾ ਕਰਫਿਊ ਹੁੰਦਾ ਸੀ ਪਹਿਲਾਂ 1992-93 ਦੇ ਵਿੱਚ ਲੱਗਦਾ ਹੁੰਦਾ ਸੀਗਾ, 94 ਤੱਕ ਲੱਗਿਆ, ਉਦੋਂ ਅੱਤਵਾਦ ਦਾ ਦੌਰ ਸੀ। ਜਿਹੜੀ ਨਵੀਂ ਯੰਗ ਜਨਰੇਸ਼ਨ ਆ, ਜਿਹਨਾਂ ਦੀ ਉਮਰ ਹਲੇ 20 ਤੋਂ ਲੈ ਕੇ 25 ਸਾਲ ਆ, ਉਹਨਾਂ ਨੇ ਕਰਫਿਊ ਨਹੀਂ ਦੇਖਿਆ, ਉਹਨਾਂ ਨੇ ਜਦੋਂ ਕਰਫਿਊ ਨੂੰ ਦੇਖਿਆ ਉਹਨਾਂ ਨੂੰ ਇਹਨਾਂ ਦੇ ਨਿਯਮ ਨਹੀਂ ਪਤਾ। ਹਾਂ, ਕੁਝ ਨੌਜਵਾਨ ਜੰਗਸਟਰਾਂ ਵਜੋਂ ਹੁਲੜਬਾਜ਼ੀ ਵੀ ਕੀਤੀ ਗਈ ਆ, ਮੋਟਰਸਾਈਕਲਾਂ ਉੱਪਰ 3-3 ਜਣੇ ਬੈਠ ਕੇ ਗੇੜੀਆਂ ਵੀ ਲਾਈਆਂ, ਅਤੇ ਬਹੁਤਿਆਂ ਨੇ ਮੋਬਾਈਲਾਂ ਉੱਪਰ ਹੂਟਰ ਵੀ ਵਜਾਏ, ਪੁਲਿਸ ਨੂੰ ਤੰਗ ਪਰੇਸ਼ਾਨ ਵੀ ਕੀਤਾ। ਇਸ ਦੇ ਸੰਦਰਭ ਵਿੱਚ ਪੁਲਿਸ ਵੱਲੋਂ ਸਖ਼ਤੀ ਕਰਨੀ ਲਾਜ਼ਮੀ ਸੀ। ਇਹ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਿਹੜੇ ਉਪਰਾਲੇ ਨੇ, ਉਹ ਤੋਂ ਲੋਕ ਕਿੰਨੇ ਕੁ ਜਾਗਰੂਕ ਨੇ ਪਿੰਡਾਂ ਦੇ? ਦੇਖੋ, ਵੈਸੇ ਜਿਹੜੀ ਸਿਹਤ ਵਿਭਾਗ ਦੀ ਟੀਮ ਹੈ ਜਾਂ ਨਿਊਜ਼ ਪੇਪਰ ਅਸੀਂ ਪੜ੍ਹਦੇ ਹਾਂ, ਔਨਲਾਈਨ ਵੈਬਸਾਈਟਸ ਬਣੀਆਂ ਹੋਈਆਂ, ਸੋਸ਼ਲ ਸਾਈਟਸ ਹੈ, ਕੁਝ ਪੰਜਾਬ ਪੁਲਿਸ ਦੇ ਮੁਲਾਜ਼ਮ ਹੈ ਉਹ ਰਾਹਗੀਰਾਂ ਨੂੰ ਵੀ ਜਾਣਕਾਰੀ ਦਿੰਦੇ ਹੈ ਕਿ ਆਪਣਾ ਮੂੰਹ ਢੱਕ ਕੇ ਰੱਖਣਾ ਚਾਹੀਦਾ ਹੈ,
ਅਤੇ ਸਾਨੂੰ ਪ੍ਰੋਪਰ ਤਰੀਕੇ ਨਾਲ ਜੇ ਕੋਈ ਪ੍ਰੋਬਲਮ ਆਉਂਦੀ ਹੈ ਸਿਹਤ ਨੂੰ ਤਾਂ ਸਾਨੂੰ ਸਿਹਤ ਵਿਭਾਰੀ ਜਿਨ੍ਹਾਂ ਦਾ ਕੰਟੈਕਟ ਨੰਬਰ ਬਕਾਇਦਾ ਦਿੱਤਾ ਹੋਇਆ, ਸਿਹਤ ਵਿਭਾਗ ਦੀਆਂ ਟੀਮਾਂ ਬਣੀਆਂ ਹੋਈਆਂ ਜ਼ਿਲ੍ਹਾ ਪੱਧਰ 'ਤੇ, ਵੀ ਉਹਨਾਂ ਨੂੰ ਦਿਖਾਓ। ਪਰ ਦੂਸਰੀ ਗੱਲ, ਮਲੁੱਖ ਇਹ ਸਮੱਸਿਆ ਤੋਂ ਪੀੜਿਤ ਹੈ ਕਿ ਫਰਜ਼ ਕਰੋ ਕਿਸੇ ਨੂੰ ਕੋਲਡ ਦੀ ਸਮੱਸਿਆ, ਕਫ ਕੋਲਡ ਹੈ, ਥਰੋਟ ਚੋਕ ਹੋ ਗਿਆ, ਗਲਾ ਚੋਕ ਹੋ ਗਿਆ ਕਿਸੇ ਦਾ, ਹੋ ਸਕਦਾ ਵੀ ਪਹਿਲੀਆਂ ਸਟੇਜਾਂ ਹੋਣ ਕਰੋਨਾ ਦੀਆਂ। ਪਰ ਪੰਜਾਬ ਪੁਲਿਸ ਵੱਲੋਂ ਜੇ ਕੋਈ ਮੋਟਰਸਾਈਕਲ 'ਤੇ ਜਾ ਰਿਹਾ, ਜੇ ਕੋਈ ਐਂ ਕਹਿ ਰਿਹਾ ਕਿ ਮੈਂ ਦਵਾਈ ਲੈਣ ਚੱਲਿਆ ਅਤੇ ਕੁਛ ਵੀ, ਉਹਦੇ ਵੀ ਕੁੱਟਮਾਰ ਕੀਤੀ ਜਾਂਦੀ ਹੈ, ਹੋ ਸਕਦਾ ਉਹ ਕਰੋਨਾ ਵਾਇਰਸ ਦਾ ਮਰੀਜ਼ ਹੀ ਹੋਵੇ, ਤਾਂ ਪੰਜਾਬ ਪੁਲਿਸ ਨੂੰ ਉਹਦੀ ਚੰਗੀ ਤਰ੍ਹਾਂ ਪੁਸ਼ਟੀ ਕਰ ਲੈਣੀ ਚਾਹੀਦੀ ਹੈ। ਹੋ ਸਕਦਾ ਕਰੋਨਾ ਮਰੀਜ਼ ਜਿਹੜੇ ਕਰੋਨਾ ਮਰੀਜ਼ ਆ ਉਹਨਾਂ ਦੀਆਂ ਪਹਿਲੀਆਂ ਸਟੇਜਾਂ, ਹੋ ਸਕਦਾ ਉਹ ਘਰਾਂ ਦੇ ਵਿੱਚ ਹੀ, ਤਾਂ ਪੁਲਿਸ ਦੇ ਤਹਿਸ ਨਹਿਸ ਤੋਂ, ਪੁਲਿਸ ਦੇ ਡਰ ਤੋਂ, ਪੁਲਿਸ ਦੇ ਅੱਤਿਆਚਾਰ ਤੋਂ ਕਰੋਨਾ ਬਾਹਰ ਨਿਕਲਦੇ ਹੋਣ। ਇਹਦੇ ਬਾਰੇ ਸਰਕਾਰ ਨੂੰ ਕੋਈ ਦਿਸ਼ਾ ਨਿਰਦੇਸ਼ ਜਾਰੀ ਕਰਨੇ ਚਾਹੀਦੇ ਕਿ ਜਿਹੜਾ ਦੁਕਾਨਾਂ ਦੇ ਉੱਤੇ ਆਪਣਾ ਰਾਸ਼ਨ ਦਾ ਸਮਾਨ ਆਪਾਂ ਖਰੀਦਣ ਵਾਸਤੇ ਸਰਕਾਰ ਨੇ ਢਿੱਲ ਕੀਤੀ ਹੈ, ਉਹਦੇ ਨਾਲ ਕੋਈ ਕਾਲਾ ਬਾਜ਼ਾਰੀ ਤਾਂ ਨਹੀਂ ਹੋ ਰਹੀ ਪਿੰਡਾਂ ਦੇ ਵਿੱਚ? ਦੇਖੋ, ਮੈਂ ਨਹੀਂ ਮੰਨਦਾ ਵੀ ਕਾਲਾ ਬਾਜ਼ਾਰੀ ਨਹੀਂ ਹੋ ਰਹੀ ਨਹੀਂ। ਇੱਕ ਭਾਈ ਸਾਹਿਬ ਦੀ ਮੈਂ ਫੇਸਬੁੱਕ ਦੇ ਉੱਪਰ ਸਟੇਟਸ ਦੇਖਿਆ, ਤਾਂ ਉਹਨੇ ਇਹ ਕਿਹਾ ਕਿ ਮੈਨੂੰ ਇਹ ਜਾਗਰੂਕ ਕੀਤਾ ਜਾਵੇ ਕਿ ਜਿਹੜੀ ਗੈਸ ਸਿਲੰਡਰ ਹੈ, ਚਾਹੇ ਕੋਈ ਵੀ ਏਜੰਸੀ ਹੈ, ਤਾਂ ਉਹ ਘਰਾਂ ਦੇ ਵਿੱਚ ਹੋਮ ਡਿਲੀਵਰੀ ਸਿਲੰਡਰ ਦੀ ਉਹਨੂੰ ਦੇਣੀ ਚਾਹੀਦੀ ਜਾਂ ਨਹੀਂ, ਉਹਨੇ ਕੁਐਸਚਨ ਕੀਤਾ। ਹਾਲਾਂਕਿ ਮੈਂ ਉਹਦੇ ਉੱਪਰ ਕੋਈ ਕਮੈਂਟ ਨਹੀਂ ਕੀਤਾ, ਕਿਉਂਕਿ ਕਮੈਂਟਾਂ ਦੇ ਵਿੱਚ ਦੇਖਿਆ ਕਈ ਮਹਾਂਮੂਰਖ ਲੋਕ ਹੁੰਦੇ, ਉਹ ਗਾਲੀ ਗਲੋਚ ਕਰ ਲੈਂਦੇ ਆ, ਉਸ ਕਰਕੇ ਮੈਂ ਫੇਸਬੁੱਕ ਦੇ ਉੱਪਰ ਕਮੈਂਟ ਕਰਨ ਤੋਂ ਗੁਰੇਜ਼ ਕਰਦਾ। ਪਰ ਉਹਦੇ ਵਿੱਚ ਇੱਕ ਪਰਸਨ ਨੇ ਪਾਇਆ ਹੋਇਆ ਸੀ ਕਿ ਗੈਸ ਸਿਲੰਡਰ ਦੀ ਕੀਮਤ ਹੈ ਜਿਹੜੀ, ਕਹਿੰਦਾ ਉਹਦੇ ਦੱਸਣ ਮੁਤਾਬਕ 840 ਬਣਦੀ ਹੈ, ਪਰ ਮੈਂ 900 ਰੁਪਏ ਕਹਿੰਦਾ ਪੇ ਕਰਦੇ। ਪਰ ਕਿਉਂ ਕਹਿੰਦਾ, ਮੈਂ ਉਹਨਾਂ ਨੂੰ ਜਦੋਂ ਪੁੱਛਿਆ ਗੈਸ ਏਜੰਸੀ ਵਾਲਿਆਂ ਨੂੰ ਕਿ ਇਹਦੀ ਅਸਲ ਕੀਮਤ 840 ਹੈ, ਉਹ ਗੈਸ ਏਜੰਸੀ ਵਾਲੇ ਕਹਿੰਦੇ ਜੇ ਤਾਂ ਇਹ ਸਿਲੰਡਰ ਲੈਣਾ ਤਾਂ ਤੈਨੂੰ 900 ਦੀ ਮਿਲੀ। ਹੁਣ ਤੁਸੀਂ ਆਪ ਦੇਖ ਲਓ ਕਿ 60 ਰੁਪਏ ਦੀ ਇਹ ਕਾਲਾ ਬਜ਼ਾਰੀ ਜਿਹੜੀ ਕਾਲ ਬਜ਼ਾਰੀ ਉਹ ਹੈਗੀ ਹੈ। ਇਸ ਕਰਕੇ ਜਿਹੜੇ ਸੰਬੰਧਿਤ DC ਸਾਹਿਬਾਨ ਹੈ ਸੰਬੰਧਿਤ ਜ਼ਿਲ੍ਹੇ ਦੇ, ਉਹਨਾਂ ਨੂੰ ਇਸ ਪ੍ਰਤੀ ਸੋਚਣਾ ਚਾਹੀਦਾ। ਜਿਹੜਾ ਕਰੋਨਾ ਵਾਇਰਸ ਦਾ ਕੀ ਕਰਫਿਊ ਲੱਗਿਆ ਹੋਇਆ, ਇਹਦੀ ਕੀ ਪੋਜੀਸ਼ਨ ਹੈ, ਕੀ ਆਪਣੇ ਜਿਹੜਾ ਨਾ ਤੁਹਾਡਾ ਕਿਸਾਨਾਂ 'ਤੇ ਕੋਈ ਅਸਰ ਪੈ ਰਿਹਾ ਜਾਂ ਆਪਣੇ ਆਮ ਪਬਲਿਕ 'ਤੇ ਇਹਦਾ ਕੋਈ ਅਸਰ ਚੰਗਾ ਪੈ ਰਿਹਾ ਮਾੜਾ ਪੈ ਰਿਹਾ, ਇਹਦੇ ਬਾਰੇ ਜਾਣਕਾਰੀ? ਦੇਖੋ ਜੀ, ਜਿਹੜਾ ਸਰਕਾਰ ਨੇ ਮਤਲਬ ਕਿ ਕਰਿਆ ਉਹ ਤਾਂ ਲੋਕਾਂ ਦੇ ਹਿੱਤਾਂ 'ਚ ਹੀ ਕਰਿਆ। ਅਸਰ ਤਾਂ ਚੰਗਾ ਤਾਂ ਇਸ ਲਈ ਹੈ ਕਿ ਬਿਮਾਰੀ ਤੋਂ ਲੋਕ ਬਚੇ ਰਹਿਣਗੇ, ਔਰ ਜਿਹੜੀ ਇਹ ਛੂਤ ਦੀ ਬਿਮਾਰੀ ਹੈ ਇੱਕ ਦੂਜੇ ਤੋਂ ਫੈਲਦੀ ਹੈ, ਉਸ ਲਈ ਤਾਂ ਚੰਗਾ। ਪਰੰਤੂ ਰੋਜ਼ਮਰ੍ਹਾ ਦੀਆਂ ਜਿਹੜੀਆਂ ਵਸਤਾਂ ਨੇ ਸਾਡੀਆਂ, ਉਹ ਤੋਂ ਮਤਲਬ ਕਿ ਕੀ ਹੈ, ਅਸੀਂ ਪਰੇਸ਼ਾਨ ਹਾਂ, ਕਿਉਂਕਿ ਟਰੈਕਟਰਾਂ ਦੇ ਵਿੱਚ ਡੀਜ਼ਲ ਵੀ ਹੈ ਨਹੀਂ, ਮਾਲ ਪਸ਼ੂਆਂ ਨੂੰ ਚਾਰਾ ਵੀ ਲੈ ਕੇ ਆਉਣਾ, ਅਤੇ ਚਾਰਾ ਕਿਵੇਂ ਲੈ ਕੇ ਆਵਾਂਗੇ? ਹੁਣ ਦੂਰ ਖੇਤ ਨੇ ਅਤੇ ਟਰੈਕਟਰ ਜਾਊਗਾ ਤਾਂ ਫਿਰ ਹੀ ਆਊਗਾ ਚਾਰਾ, ਅਤੇ ਵੱਧ ਗੱਡੇ ਉਹ ਅਸੀਂ ਵੇਚ ਹੀ ਦਿੱਤੇ ਪਹਿਲਾਂ। ਮਤਲਬ ਕਿ ਸਰਕਾਰ ਨੇ ਕੋਈ ਇਹੋ ਜਿਹਾ ਰੌਲਾ ਪਿਆ ਕਿ ਵੱਧ ਸਾਡੇ ਜਿਹੜੇ ਲੋਕ ਰੱਖਣੋਂ ਹਟ ਗਏ, ਕਿਉਂਕਿ ਯੂਪੀ ਬੰਦ ਹੋ ਗਈ ਸੀਗੀ, ਅਤੇ ਉਦੋਂ ਬਾਅਦ ਵਪਾਰਕ ਉਹ ਚੁੱਲ੍ਹੇ ਦੀ ਰੋਟੀ ਵਧੀਆ ਚਲਾਉਂਦੇ ਸੀ, ਬੰਦ ਤਾਂ ਅਗਲਾ ਵੇਚ ਕੇ ਹੋਰ ਲੈ ਲੈਂਦਾ, ਛੋਟੇ ਤੋਂ ਬੱਚੇ ਤੋਂ ਵੱਡਾ ਹੋ ਜਾਂਦਾ ਹਰਾ ਲਿਆਉਂਦਾ, ਨਾਲੇ ਉਹ ਵਪਾਰ ਤਾਂ ਬੰਦ ਹੋ ਗਿਆ। ਮਤਲਬ ਕਿ ਕੀ ਹੈ, ਕਰੋਨਾ ਵਾਇਰਸ ਦੇ ਨਾਲ ਮਤਲਬ ਕਿ ਜਿਹੜੀ ਸਾਡੇ ਜਿੱਥੇ ਸਾਡੇ ਲੋਕ ਸਾਥ ਵੀ ਦੇ ਰਹੇ ਪ੍ਰਸ਼ਾਸਨ ਦਾ, ਔਰ ਕੁਛ ਨਾ ਕੁਛ ਸਾਨੂੰ ਇਹਦੀ ਮਤਲਬ ਕਿ ਜਿਹੜੇ ਨੇ ਨੈਗੇਟਿਵ ਰਿਜ਼ਲਟ ਵੀ ਮਿਲ ਰਹੇ ਨੇ, ਜਿਵੇਂ ਡੀਜ਼ਲ ਹੈ ਨਹੀਂ ਕਿਸੇ ਕੋਲ, ਜਾਂ ਕਿਸੇ ਨੇ ਹੁਣ ਚਲੋ ਮੀਂਹ ਪੈ ਗਿਆ, ਜਿਹੜਾ ਕੁਦਰਤ ਦੇ ਨਾਲ ਹੁਣ ਮੀਂਹ ਪੈ ਕੇ ਹਟਿਆ, ਪਹਿਲਾਂ ਕਣਕਾਂ ਵੀ ਪਾਣੀ ਮੰਗ ਰਹੀਆਂ ਸੀ, ਜਿਹੜੇ ਸਾਡਾ ਏਰੀਆ ਰਾਪਰ ਪਿੰਡ ਹੈ ਜਾਂ ਨੇੜੇ ਨੇੜੇ ਹੋਰ ਪਿੰਡ ਨੇ, ਇਹ ਮੋਟਰਾਂ ਨਹੀਂ ਹੈਗੀਆਂ, ਸਾਧਨ ਨਹੀਂ ਸਾਡੇ ਮੋਟਰਾਂ ਦੇ, ਤਾਂ ਅਸੀਂ ਬੋਰ ਚਲਾਉਂਦੇ ਹਾਂ, ਟਰੈਕਟਰ ਦੇ ਵਿੱਚ ਡੀਜ਼ਲ ਨਾਲ ਹੀ ਜਾਂ ਇੰਜਨ ਨਾਲ ਹੀ ਪਾਣੀ ਨਾਲ ਹੀ, ਫਿਰ ਮਤਲਬ ਤੇਲ ਨਾਲ ਹੀ ਪਾਣੀ ਬਾਹਰ ਆਉਣਾ ਸੀ ਬੋਰ 'ਚੋਂ, ਮੋਟਰਾਂ ਹੈ ਨਹੀਂ, ਇਸ ਕਰਕੇ ਕਿਸਾਨਾਂ ਨੂੰ ਕੁਛ ਨਾ ਕੁਛ ਇਹਦੇ ਮਤਲਬ ਕਿ ਜਿਹੜਾ ਸੰਕਟ ਵੀ ਹੈ ਇਹਦੇ ਨਾਲ। ਜਿਹੜੀ ਪੁਲਿਸ ਸੇਵਾ ਕਰ ਰਹੀ ਸੀਗੀ, ਹੁਣ ਥੋੜ੍ਹੀ ਹੋਰ ਤਰ੍ਹਾਂ ਦੀ ਸੇਵਾ ਵੀ ਕੀਤੀ ਆਮ ਪਬਲਿਕ ਦੀ ਪੁਲਿਸ ਨੇ, ਉਹਦਾ ਕੀ ਕਾਰਨ ਆ ਜਿਹੜੀ ਹੁਣ ਪੁਲਿਸ ਦੀ ਕੱਲ੍ਹ ਤੋਂ ਨਿਖੇਧੀ ਹੋ ਰਹੀ ਹੈ, ਜ਼ਿਆਦਾ ਕੁੱਟਮਾਰ ਕੀਤੀ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਨਹੀਂ, ਕੁੱਟਮਾਰ ਉਹ ਤਾਂ ਮਤਲਬ ਕਿ ਜਿਹੜੀ ਮਤਲਬ ਕੁਝ ਮੈਂ ਨਹੀਂ ਕਹਿਣਾ ਚਾਹੁੰਦਾ ਵੀ ਪੰਜਾਬ ਪੁਲਿਸ ਮਾੜੀ ਹੈ, ਪੰਜਾਬ ਪੁਲਿਸ ਵੀ ਸਾਡੇ ਲੋਕਾਂ ਦੇ ਹਿੱਤਾਂ ਲਈ ਕਰੀ, ਪਰ ਉਹਦੇ 'ਚ ਕੀ ਹੈ, ਕੁਝ ਬੰਦੇ ਜਿਹੜੇ ਸਾਡੇ ਪੰਜਾਬ ਪੁਲਿਸ ਦੇ ਨੌਜਵਾਨ ਮੁੰਡੇ ਆਪਦੀ
ਕਰੈਪਟਲੀ ਜਾਂ ਮਤਲਬ ਕਿ ਆਪਦੀ ਉਸ ਲਈ ਉਹ ਵੀਡੀਓ ਬਣਾ ਬਣਾ ਕੇ ਪੋਸਟ ਕਰ ਰਹੇ ਸੀ, ਉਹ ਗਲਤ ਸੀ, ਜਾਂ ਕਿਸੇ ਨੂੰ ਕੁੱਟਣਾ ਨਜਾਇਜ਼ ਮਾਰਦੇ ਸੀ, ਵੀਡੀਓ ਬਣਾ ਕੇ ਅਪਲੋਡ ਕਰ ਦਿੰਦੇ ਸੀ, ਜਾਂ ਉਹ ਡਰਾਮਾ ਦਿਖਾ ਰਹੇ ਸੀ, ਮਤਲਬ ਕਿ ਵੀ ਸੋਸ਼ਲ ਮੀਡੀਆ 'ਤੇ ਉਹ ਲੋਕਾਂ ਨੂੰ ਦਿਖਾ ਕੇ ਇਹ ਦੱਸਣਾ ਚਾਹੁੰਦੇ ਸੀ ਵੀ ਪੁਲਿਸ ਐਂ ਕਰਦੀ ਹੈ, ਬਚ ਕੇ ਰਹੋ, ਉਹ ਸਦਾ ਡਰਾਉਂਦੇ ਸੀ। ਜੇ ਕੋਈ ਗਲਤ ਕਰਦਾ ਸੀ ਤਾਂ ਮਾੜਾ ਹੈ, ਵੈਸੇ ਲੋਕਾਂ ਦੇ ਦਿਲਾਂ 'ਚ ਨੈਗੇਟਿਵ ਵੀ ਗਈ ਹੈ ਵੀ ਮਤਲਬ ਕਿ ਜਿਹੜੀ ਪੁਲਿਸ ਕੁੱਟਦੀ ਹੈ ਉਹ ਗਲਤ ਹੋ ਰਿਹਾ, ਕੰਮ ਧੰਦੇ ਜਾਣਾ, ਜਾਂ ਕੋਈ ਦਵਾਈ ਲੈਣੀ ਹੈ, ਮੈਡੀਸਨ, ਜਿਵੇਂ ਮਤਲਬ ਕਿ ਕੈਂਸਰ ਦੇ ਜਿਹੜੇ ਪੇਸ਼ੈਂਟ ਨੇ, ਗੰਭੀਰ ਪੇਸ਼ੈਂਟ ਨੇ, ਮਤਲਬ ਕਿ ਉਹਨਾਂ ਨੂੰ ਦਵਾਈ ਦੀ ਮੈਡੀਸਨ ਮੁੱਕੀ ਹੈ ਤਾਂ ਉਹ ਕਿੱਥੋਂ ਲੈ ਕੇ ਆਉਣਗੇ, ਉਹਨਾਂ ਵਾਸਤੇ ਖੁੱਲ੍ਹ ਵੀ ਹੈ, ਕੁਛ ਨਾ ਕੁਛ ਦਿੱਤੀ ਹੈ, ਤਾਂ ਸਰਕਾਰ ਨੂੰ ਚਾਹੀਦਾ ਲੋਕਾਂ ਨੇ ਤਾਂ, ਪਰ ਪੁਲਿਸ ਨੂੰ ਇਹ ਚਾਹੀਦਾ ਵੀ ਸਾਥ ਦੇਣ, ਸਹੀ ਬੰਦੇ ਨੂੰ ਲੰਘਣ ਦੇਣ, ਜੇ ਕੋਈ ਅਵਾਰਾਗਰਦੀ ਕਰਦਾ ਉਹ ਤਾਂ ਬੜੀ ਲਾਠੀਚਾਰਜ ਵੀ ਕਰਦੇ ਨੇ, ਕੋਈ ਗੱਲ ਨਹੀਂ। ਜਿਹੜੇ ਇੱਥੇ ਤੁਹਾਡੇ ਪਿੰਡ ਦੇ ਵਿੱਚ ਗਰੀਬ ਵਰਗ ਹੈ, ਜੇ ਕੋਈ ਜਿਹੜਾ ਦਿਹਾੜੀ ਕਰਦਾ ਉਹਨਾਂ ਦਾ ਹੁਣ ਗੁਜ਼ਾਰਾ ਨਹੀਂ ਹੁੰਦਾ, ਕੋਈ ਪੰਚਾਇਤ ਜਾਂ ਪ੍ਰਸ਼ਾਸਨ ਵੱਲੋਂ ਕੋਈ ਉਪਰਾਲਾ ਕੀਤਾ ਗਿਆ ਉਹਨਾਂ ਲਈ ਖਾਣ ਪੀਣ ਲਈ? ਨਾ, ਸੁਣਿਆ ਵੀ ਲੰਗਰ ਲੱਗ ਰਿਹਾ ਗੁਰੂ ਘਰ 'ਚ ਵੀ, ਮਤਲਬ ਕਿ ਇੱਥੋਂ ਬਸਤਾਂ ਲੋੜੀਆਂ ਬਸਤਾਂ ਜਿਹੜੀਆਂ ਖਾਣ ਪੀਣ ਦੀਆਂ ਉਹ ਗੁਰਦੁਆਰਾ ਸਾਹਿਬ 'ਚ ਤਿਆਰ ਕਰਨਗੇ, ਔਰ ਫਿਰ ਵੰਡਿਆ ਜਾਵੇਗਾ ਵੀ ਉਸ ਸਮਾਂ, ਵੀ ਇਹ ਵੀ ਨਾ ਹੋਵੇ ਕਿਤੇ ਵੀ ਵੰਡਿਆ ਵੀ ਜਾਵੇ ਅਤੇ ਵੀ ਲੋਕ ਵੀ ਹੁੱਲਣਬਾਜ਼ੀ ਕਰਕੇ ਉਹ ਟੁੱਟ ਕੇ ਪੈ ਜਾਣ, ਜਿੰਨੀ ਕੁ ਲੋੜੀਂਦੀ ਚੀਜ਼ ਹੈ ਉੱਨੀ ਕੁ ਲਓ, ਫਾਲਤੂ ਨਾ ਲਓ, ਕਿਉਂਕਿ ਬਸ ਤਾਂ ਹੋਰ ਲੋੜਵੰਦ ਨੂੰ ਕਿਤੇ ਪਹੁੰਚ ਸਕਦੀ ਹੈ, ਅਤੇ ਉਸ ਤਰ੍ਹਾਂ ਵਧੀਆ ਵਧੀਆ ਗੱਲ ਹੈ ਜੋ ਪਤਾ ਲੱਗ ਰਿਹਾ ਵੀ ਲੰਗਰ ਬਣ ਰਿਹਾ, ਬਹੁਤ ਸੋਹਣੀ ਗੱਲ ਹੈ, ਮੈਂ ਤੁਹਾਨੂੰ ਕਰਨਾ ਚਾਹੁੰਦਾ ਉਹਨਾਂ ਦਾ ਜਿਹੜੇ ਮਤਲਬ ਕਿ ਇਹ ਕੰਮ ਕਰਨਾ ਚਾਹੁੰਦੇ ਨੇ। ਇਹ ਕਰੋਨਾ ਵਾਇਰਸ ਕਰਕੇ ਜਿਹੜਾ ਕਰਫਿਊ ਲੱਗਿਆ ਹੋਇਆ ਸੀ, ਇਹਦੇ ਦੌਰਾਨ ਸਾਨੂੰ ਬੜੀ ਦਿੱਕਤ ਆਈ, ਪੀਰ ਪਾਲੀ ਮੰਗੇ ਹੈ ਜੀ, ਕੰਮ 'ਤੇ ਆਉਣ ਬੰਦ ਹੁਣ ਢਾਕਦੇ ਹਾਂ ਜੀ, ਕੰਮ 'ਤੇ ਆਉਂਦੇ ਹਾਂ ਤਾਂ ਪੁਲਿਸ ਦਾ ਡਰ ਹੈ, ਜੇ ਨਹੀਂ ਕੰਮ 'ਤੇ ਆਉਂਦੇ ਤਾਂ ਜ਼ਿੰਮੇਦਾਰਾਂ ਦਾ ਡਰ ਹੈ, ਕੋਈ ਖਾਣ ਪੀਣ ਦਾ ਸਾਧਨ ਨਹੀਂ ਹਲੇ ਚੱਕਰ ਬਣੇ, ਬਾਕੀ ਖੇਤ ਜਾਂਦੇ ਹਾਂ ਤਾਂ ਖੇਤ ਵੀ ਡਰਦੇ ਡਰਾਉਂਦੇ ਜਾਂਦੇ ਹਾਂ ਜੀ। ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਜੀ ਖਾਣੇ ਪੀਣੇ ਦਾ ਪ੍ਰਬੰਧ ਹੋ ਜਾਵੇ, ਸਾਡੇ ਕੋਈ ਪਸ਼ੂ ਸਾਰੇ ਦਾ ਜਿਹੜਾ ਉਹਨਾਂ ਵਾਸਤੇ ਵੀ ਸਾਨੂੰ ਛੋੜ ਦਿੱਤੀ ਜਾਵੇ ਖੇਤਾਂ ਬੰਨੇ 'ਚ ਜਾਣ ਨੂੰ, ਜਾਂ ਜਿਵੇਂ ਖੇਤ ਬੁੜੀਆਂ ਜਾਂਦੀਆਂ ਉਹ ਵੀ ਡਰਦੀਆਂ ਡਰਾਉਂਦੀਆਂ ਜਾਂਦੀਆਂ ਹਰਾ ਚਾਰਾ ਰਹਿਣ, ਅਤੇ ਹਲੇ ਤੱਕ ਸਾਡੇ ਕੋਲ ਕੋਈ ਪ੍ਰਬੰਧ ਨਹੀਂ, ਜਿਵੇਂ ਕਹਿੰਦੇ ਵੀ ਆਟਾ ਦਾਲ ਤੁਹਾਨੂੰ ਖਾਣਾ ਪੀਣਾ ਪਹੁੰਚਾਉਂਦੇ, ਅਸੀਂ ਕਿਸੇ ਨੇ ਕੋਈ ਕੁਛ ਨਹੀਂ ਪਹੁੰਚਾਇਆ, ਕੋਈ ਪ੍ਰਸ਼ਾਸਨ ਨੇ ਨਹੀਂ ਸਾਡੀ ਹਲੇ ਤੱਕ ਸੁਣੀ। ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਨੇ, ਤੁਹਾਡਾ ਰਾਸ਼ਨ ਦਾ ਹੱਲ ਕੀਤਾ ਜਾਵੇ ਜਾਂ ਕਿਵੇਂ? ਸਾਡਾ ਇੱਕ ਤਾਂ ਰਾਸ਼ਨ ਦਾ ਹੱਲ ਹੋ ਜਾਵੇ, ਇੱਕ ਜਿੰਨੇ ਕੁ ਸੀਰੀ ਪਾਲੀਆਂ ਸੀ ਜੇ ਮੇਰਾ ਆਪ ਪਿੰਡ 'ਚੋਂ, ਅਸੀਂ 51 ਸੀਰੀਆਂ ਮਾਈ ਵੀ ਸਿੱਖਾਂ ਵੀਰੋ, ਅਤੇ ਅਸੀਂ ਡਰਦੇ ਡਰਦੇ ਆਉਂਦੇ ਹਾਂ, ਡਰਦੇ ਡਰਦੇ ਸ਼ਾਮ ਨੂੰ ਜਾਂਦੇ ਹਾਂ, ਜੇ ਰਾਤ ਨੂੰ ਅਸੀਂ ਪਾਣੀ ਤੋਂ ਵੀ ਆਉਂਦੇ ਹਾਂ ਤਾਂ ਪਾਣੀ ਤੋਂ ਘਰ ਨੂੰ ਜਾਂਦੇ ਹਾਂ ਤਾਂ ਵੀ ਡਰ ਹੈ, ਜੇ ਘਰੋਂ ਉੱਠ ਕੇ ਪਾਣੀ 'ਤੇ ਜ਼ਿਮੀਂਦਾਰ ਦੇ ਆਉਂਦੇ ਹਾਂ ਤਾਂ ਸਾਨੂੰ ਇਸ ਗੱਲ ਦਾ ਦਿਨੇ ਵੀ ਡਰ ਹੈ, ਰਾਤ ਨੂੰ ਵੀ ਡਰ ਹੈ, ਅਤੇ ਸਾਨੂੰ ਕੋਈ ਨਾ ਕੋਈ ਇਸ ਚੀਜ਼ ਦਾ ਪ੍ਰੂਫ ਹੋਵੇ ਵੀ ਸੀਰੀ ਪਾਲੀ ਦੀ, ਜ਼ਰੂਰ ਸਾਨੂੰ ਪਤਾ ਲੱਗੇ ਵੀ ਇਹ ਸੀਰੀ ਪਾਲੀ ਹੈ, ਤਾਂ ਪੁਲਿਸ ਤੰਗ ਨਾ ਕਰੇ। ਕਰੋਨਾ ਵਾਇਰਸ ਕਰਕੇ ਕਰਫਿਊ ਲੱਗਿਆ, ਇਹਦੇ ਕਰਕੇ ਤੁਹਾਨੂੰ DC ਦੁਆਰਾ ਕੀ ਨਿਰਦੇਸ਼ ਦਿੱਤੇ ਗਏ ਨੇ, ਤੁਹਾਡਾ ਕੀ ਤੁਹਾਡਾ ਸਮਾਂ ਨਿਰਧਾਰਤ ਕੀਤਾ ਗਿਆ? ਸੁਬਹਾ 9 ਤੋਂ 11 ਤੱਕ, ਅੱਛਾ, ਅਤੇ ਸ਼ਾਮ ਨੂੰ 4 ਤੋਂ 6 ਤੱਕ ਦੁਕਾਨ ਦੇ ਵਿੱਚ ਇੱਕ ਵਿਅਕਤੀ ਨੂੰ ਵਾੜੋ, ਉਸਨੂੰ ਸਮਾਨ ਦੇ ਕੇ ਫਟਾਫਟ ਤੋਰੋ, ਸਹੀ ਰੇਟ ਦੇ ਰਹੇ ਹਾਂ ਅਸੀਂ ਜੀ। ਇਹ ਕੋਈ ਜਿਵੇਂ ਵਿੱਚ ਅਫਵਾਹ ਚੱਲਦੀਆਂ ਨੇ ਵੀ ਜਿਹੜਾ ਸਮਾਨ ਦਾ ਰੇਟ ਵਧਾ ਤਾ ਦੁਕਾਨਦਾਰਾਂ ਨੇ? ਨਹੀਂ, ਕੋਈ ਨਹੀਂ ਵਧਾਇਆ ਜੀ, ਕੋਈ ਰੇਟ ਸਹੀ ਹੋਏ, ਜਿਹੜੇ ਪਹਿਲਾਂ ਦੇ ਰੇਟ ਉਹੀ ਚੱਲੀ ਜਾਂਦੇ। ਇਹ ਨਿਰਦੇਸ਼ ਦਿੱਤੇ ਗਏ ਹੋਣਗੇ ਵੀ ਦੁਕਾਨ ਦੇ ਵਿੱਚ ਜ਼ਿਆਦਾ ਭੀੜ ਨਹੀਂ ਜਮ੍ਹਾਂ ਕਰਨੀ, ਕੋਈ ਜ਼ਿਆਦਾ ਭੀੜ ਤਾਂ ਨਹੀਂ ਛੱਡਣਾ? ਇੱਕ ਜਣੇ ਨੂੰ ਅੰਦਰ ਵਾੜ ਕੇ ਸਮਾਨ ਲੈ ਕੇ ਬਾਹਰ ਕੱਢਦੇ ਹਾਂ, ਫਿਰ ਦੂਜੇ ਨੂੰ ਅੰਦਰ ਉਹ ਕਰ ਲੈਂਦੇ। ਇਹ ਕਰੋਨਾ ਵਾਇਰਸ ਕਰਕੇ ਤੁਸੀਂ ਕੀ ਮਤਲਬ ਉਪਰਾਲੇ ਕਰ ਰਹੇ, ਸਾਵਧਾਨੀਆਂ ਵਰਤ ਰਹੇ, ਤੁਸੀਂ ਆਪਦੇ ਆਪ ਦਾ ਕੀ ਬਚਾਅ ਕਰ ਰਹੇ? ਅਸੀਂ ਮੂੰਹ 'ਤੇ ਕੱਪੜਾ ਬੰਨ੍ਹ ਕੇ ਰੱਖਦੇ ਹਾਂ, ਅਤੇ ਹੱਥ 'ਤੇ ਦਸਤਾਨੇ ਲਾ ਕੇ ਰੱਖਦੇ ਹਾਂ ਜੀ, 1 ਮੀਟਰ ਦੀ ਦੂਰੀ ਤੋਂ ਗਾਹ ਨੂੰ ਰੱਖਦੇ ਹਾਂ ਜੀ। ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਜਿਹੜਾ ਕਰਫਿਊ ਲੱਗਿਆ ਸੀ, ਉਹਦੇ ਨਾਲ ਤੁਹਾਡੇ ਦੁੱਧ ਦੇ ਕੰਮ 'ਤੇ ਕੀ ਅਸਰ ਪਿਆ ਸੀ? ਅਸਰ ਤਾਂ ਇਹ, ਜਦੋਂ ਕਰਫਿਊ ਲੱਗ ਚੁੱਕਿਆ ਹੈ ਉਦੋਂ 1-2 ਦਿਨ ਅਸੀਂ ਹੈਰਾਨ ਵੀ ਹੋਏ, ਬੰਦ ਕਰਤਾ ਕੰਮ ਵੀ, ਪ੍ਰਸ਼ਾਸਨ ਤੋਂ ਜਿਵੇਂ ਆਪਦੀ ਡਿਊਟੀ ਨਿਭਾ ਰਹੇ ਹਾਂ, ਉਹਨਾਂ ਨੇ ਆਪਣਾ ਹੁਕਮ ਲਾਇਆ ਸੀ ਅਤੇ ਆਪਾਂ ਉਹਨਾਂ ਦਾ ਹੁਕਮ ਨਿਭਾਇਆ 2 ਦਿਨ,
ਪ੍ਰਸ਼ਾਸਨ ਲਾ ਲਓ, ਜ਼ਿਲ੍ਹਾ ਕਮਿਸ਼ਨ ਜਿਵੇਂ ਅਫਸਰ ਆਪਣੇ SSB ਸਾਹਿਬ ਜਿਨ੍ਹਾਂ ਨੇ ਬੇਨਤੀ ਕਰੀ ਸੀ ਵੀ ਇਹ ਭਾਈ ਰੋਕ ਰੱਖਣੀ ਹੈ, ਆਪਾਂ ਰੋਕ ਰੱਖੀ। ਹੁਣ ਆਪਾਂ ਨੂੰ ਕੁਛ 9 ਵਜੇ ਤੱਕ 8 ਵਜੇ ਤੱਕ ਛੋੜ ਦਿੱਤੀ ਹੈ, ਉਨੇ ਚਿਰ ਅਸੀਂ ਦੋ ਚਾਰ ਘੰਟੇ ਜਿੰਨਾ ਸਾਡਾ ਟਾਈਮ ਲੱਗਦਾ ਸੀ ਛੇਤੀ ਤੋਂ ਛੇਤੀ ਉਹਨਾਂ ਦੀ ਮਨਜ਼ੂਰੀ ਥੱਲੇ ਆਪਦਾ ਕੰਮ ਕਰਕੇ ਛੇਤੀ ਤੋਂ ਛੇਤੀ ਮੁੜਿਆ ਆਉਂਦੇ ਹਾਂ ਅਤੇ ਆਪਦਾ ਜਿੰਨੀ ਕੁ ਸਪਲਾਈ ਕਰਿਆ ਆਉਂਦੇ ਹਾਂ ਜੀ। ਅਤੇ ਉਦੋਂ ਪਹਿਲਾਂ 2-4 ਦਿਨ ਜਿਵੇਂ ਕੱਲ੍ਹ ਪੂਰੇ ਹੋਇਆ, ਸਾਡੇ ਉੱਥੇ ਗਾਹਕ ਜਿਹੜਾ ਬਣਿਆ ਹੋਇਆ ਸੀ, ਸਪਲਾਈ ਦੀ ਬਹੁਤ ਦਿੱਕਤ ਪਈ ਹੈ ਸਾਨੂੰ, ਅਤੇ ਉਹਦੇ ਵਿੱਚ ਉਹਨਾਂ ਦੀ ਵਿਚਾਰਿਆਂ ਦੀ ਹੈਰਾਨਗੀ ਹੋਈ ਹੈ। ਜਿਹੜੇ ਵਿਚਾਰੇ ਗਰੀਬ ਗਰੂਬੇ ਉੱਥੇ ਦੁਕਾਨਾਂ ਬੰਦ ਕਰਕੇ ਅੱਗੇ ਮੰਗ ਕੇ ਖਾਂਦੇ ਸੀ ਜਾਂ ਕਿਤੋਂ ਲੰਗਰ 'ਚੋਂ ਖਾਂਦੇ ਸੀ, ਜਾਂ ਹੁਣ ਉਹ ਦੁਕਾਨਾਂ ਅਤੇ ਘਰ ਬੰਦ ਹੋਣ ਕਰਕੇ ਉਹਨਾਂ ਦਾ ਵੀ ਬੁਰਾ ਹਾਲ ਸੀ ਵਿਚਾਰਿਆਂ ਦਾ। ਜੇ ਕਿਤੇ ਟੱਕਰਦੇ ਆ ਨਾਕੇ 'ਤੇ ਜਾਂ ਕਿਤੇ ਵੀ, ਅਸੀਂ ਉਹਨਾਂ ਨੂੰ ਕਿਲੋ 'ਚ ਕਿੰਨਾ ਵੀ ਸਰਦਾ ਜਿਹੇ ਐਂ ਸੋਚ ਲਿਆ ਵੀ ਸਾਰੀ ਉਮਰ ਹੋਈ ਕਮਾਈ ਕਰਦਿਆਂ ਨੂੰ ਵੀ ਉਹਨਾਂ ਦਾ ਵੀ ਸਹਿਯੋਗ ਨਾਲ ਜਿਹੋ ਜਿਹਾ ਸਾਡਾ ਸਰਦਾ ਕਿਲੋ ਅੱਧਾ ਕਿਲੋ ਉਹਨਾਂ ਦਾ ਵੀ ਹੱਲ ਕਰਨਾ ਪੈਂਦਾ। ਇਹਦੇ ਵਿੱਚ ਸਾਰੀਆਂ ਸਮੱਸਿਆ ਸਭ ਗਰੀਬ 'ਤੇ ਜ਼ਿਆਦਾ ਆਈਆਂ। ਜਿਹੜਾ ਬੰਦਾ ਰੋਜ਼ ਦੀ ਰੋਜ਼ ਕੋਈ ਰਕਸ਼ੇ ਵਾਲਾ ਜਾਂ ਕੋਈ ਰੇਹੜੀ ਵਾਲਾ ਜਾਂ ਦਿਹਾੜੀ ਵਾਲਾ ਵਿਚਾਰਾ ਸਵੇਰੇ ਤੋਂ ਜਾ ਕੇ ਸ਼ਾਮ ਨੂੰ ਉਹੀ 250-300 ਰੁਪਈਆ ਦਿਹਾੜੀ ਕਮਾਉਂਦਾ ਸੀ, ਅਤੇ ਉਹਨੂੰ ਵਿਚਾਰੀ ਨੂੰ ਬਹੁਤ ਮੁਸ਼ਕਿਲ ਹੋ ਗਈ ਹੈ। ਪਰ ਇਹ ਜਿਹੜਾ ਹੁਣ ਪ੍ਰਸ਼ਾਸਨ ਵੱਲੋਂ ਤੁਹਾਨੂੰ ਢਿੱਲ ਦਿੱਤੀ ਗਈ ਹੈ, ਹਾਂਜੀ, ਕੀ ਤੁਹਾਨੂੰ ਲੱਗਦਾ ਵੀ ਹੁਣ ਮਾਹੌਲ ਉਹਦਾ ਨੋਰਮਲ ਹੋ ਗਿਆ? ਜੀ, ਹੁਣ ਅੱਗੇ ਨੂੰ ਬਹੁਤ ਫਰਕ ਹੈ ਜੀ। ਆਪਣੇ ਜਿਵੇਂ ਅਫਸਰ ਨੇ ਸਾਰੇ ਜ਼ਿਲ੍ਹੇ ਦੇ, ਆਪਣਾ ਪ੍ਰਸ਼ਾਸਨ ਹੈ ਬਹੁਤ ਵਧੀਆ ਡਿਊਟੀ ਨਿਭਾ ਰਿਹਾ, ਆਪਦੀ ਡਿਊਟੀ ਜਿਵੇਂ ਫਰਜ਼ ਹੈ ਪਿੰਡਾਂ ਵਿੱਚ ਸਭ ਕਿਤੇ ਪੂਰੀ ਵਧੀਆ ਡਿਊਟੀ ਨਿਭਾ ਰਿਹਾ, ਉਹਨਾਂ ਦੇ ਕੋਈ ਦਿੱਕਤ ਨਹੀਂ ਹੈਗੀ ਸਾਨੂੰ, ਜਿੰਨੇ ਚਿਰ ਅਸੀਂ ਸਪਲਾਈ ਕਰਦੇ ਹਾਂ ਸਾਡੇ ਨਾਲ ਸਹਿਯੋਗ ਦਿੰਦੇ ਆ ਵਧੀਆ। ਅਤੇ ਕਿਹੜਾ ਆਪਾਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸੀਗੀਆਂ, ਜਿਹੜੇ ਦੁੱਧ ਪਾਉਣ ਵਾਲੇ ਸੀਗੇ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੇ ਰੋਕਿਆ ਸੀਗਾ, ਉਹਨਾਂ ਨੂੰ ਸਜ਼ਾ ਦਿੱਤੀ, ਕਈ ਜਗ੍ਹਾ 'ਤੇ ਕੁਟਾਪਾ ਵੀ ਹੋਇਆ ਜਾਂ ਡੰਡ ਬੈਠਕਾਂ ਕਢਾਈਆਂ ਨੇ, ਅਤੇ ਤੁਹਾਨੂੰ ਤਾਂ ਨਹੀਂ ਇਹੋ ਜਿਹੀ ਦਿੱਕਤ ਦਾ ਸਾਹਮਣਾ ਕਰਨਾ ਪਿਆ? ਨਾ ਜੀ, ਸਾਨੂੰ ਕੋਈ ਦਿੱਕਤ ਨਹੀਂ ਆਈ ਜੀ। ਅੱਜ ਤੱਕ ਜਿਹੜਾ ਪ੍ਰਸ਼ਾਸਨ ਮਿਲਿਆ, ਜਿੰਨਾ ਚਿਰ ਅਸੀਂ ਲੰਘਣਾ ਨਹੀਂ ਕਰੀ ਉਹਨਾਂ ਚਿਰ ਗਏ ਨਹੀਂ ਅਸੀਂ, ਜਿੰਨਾ ਚਿਰ ਹੁਣ ਅਸੀਂ ਜਾ ਰਹੇ ਹਾਂ ਸਾਨੂੰ ਛੁੱਟੀ ਦਿੱਤੀ ਹੈ SDM ਸਾਹਿਬ ਨੇ, ਜਿਹੜੀ ਕੋਈ ਵੀ ਅਫਸਰ ਹੈ ਜ਼ਿਲ੍ਹੇ ਦੇ ਉਹਨਾਂ ਨੇ ਕਿਹਾ ਸਾਨੂੰ ਵੀ ਯਾਰ 2-4 ਘੰਟੇ 8 ਵਜੇ ਤੱਕ 7 ਜਿੰਨਾ ਟਾਈਮ ਦਿੱਤਾ ਸੀ ਉਹਨਾਂ ਦੀ ਲੰਘਣਾ ਨਹੀਂ ਕਰਦੇ, ਉਦੋਂ 10-20 ਮਿੰਟ ਪਹਿਲਾਂ ਮੁੜਦੇ ਹਾਂ ਅਤੇ ਅਸੀਂ ਆਪਦੇ ਘਰਾਂ ਦਾ ਵਧੀਆ ਜਿੰਨੀ ਸਪਲਾਈ ਸੀ ਆਪਦੀ ਕਰਕੇ ਆਉਂਦੇ ਹਾਂ। ਇੱਕ ਜਿਹੜਾ ਕਰੋਨਾ ਵਾਇਰਸ ਤੋਂ ਬਚਣ ਵਾਸਤੇ ਤੁਸੀਂ ਕਿੰਨੇ ਕੁ ਜਾਗਰੂਕ ਹੋ, ਉਹਦੇ ਲਈ ਕੀ ਕਰਦੇ ਹੋ ਤੁਸੀਂ ਕਰੋਨਾ ਵਾਇਰਸ ਤੋਂ ਬਚਾਅ ਵਾਸਤੇ? ਉਹ ਅਸੀਂ ਜੀ ਘਰੇ ਲਿਆ ਕੇ ਮੋਟਰਸਾਈਕਲ ਲਾ ਦੇਣਾ ਜੀ, ਉਹ ਕਰਦੇ ਹਾਂ ਸਵੇਰੇ ਤੁਰਦੇ ਹਾਂ ਜੀ, ਆਹ ਚੀਜ਼ਾਂ ਨੇ ਅਸੀਂ ਜਿਵੇਂ ਦੁੱਧ ਆਹ ਭਾਂਡਿਆਂ ਦੇ ਹੱਥ ਲਾਉਂਦੇ ਹਾਂ ਜਾਂ ਕੁਪੋਣੇ ਦੇ ਹੱਥ ਲਾਉਂਦੇ ਹਾਂ, ਇਹ ਚੀਜ਼ਾਂ ਨਾਲ ਧੋ ਕੇ ਅਤੇ ਆਪਦੀ ਸਫਾਈ ਕਰਕੇ, ਅਤੇ ਜਦੋਂ ਵੀ ਸਾਨੂੰ ਦਿੱਕਤ ਲੱਗਦੀ ਹੈ ਵੀ ਉੱਪਰੇ ਥਾਂ 'ਤੇ ਹੱਥ ਲੱਗਦਾ ਜਾਂ ਹੋਰ ਹੈ, ਉਦੋਂ ਵੀ ਜਦੋਂ ਅਸੀਂ ਘਰੇ ਲਿਆਉਂਦੇ ਹਾਂ ਪਾਣੀ ਮਾਰ ਕੇ ਜੀ, ਸਰਫ ਨਾਲ ਭਾਂਡੇ ਧੋ ਕੇ, ਆਹ ਚੀਜ਼ਾਂ ਵੀ ਮਹਿਸੂਸ ਹੁੰਦੀਆਂ ਵੀ ਸਰਫ ਵਾਲੇ ਕੱਪੜੇ ਨਾਲ ਧੋ ਦਈਏ, ਵੀ ਜਿੰਨੀ ਵੀ ਸਫਾਈ ਹੁੰਦੀ ਹੈ ਸਾਥੋਂ ਵੀ ਭਰਨੇ ਰੱਖੀ ਦੇ ਸਾਫ਼ ਸਵੇਰੇ ਧੋ ਕੇ, ਵੀ ਇਹਨਾਂ ਨਾਲ ਇਸ ਤਰ੍ਹਾਂ ਵੀ ਜਿੱਥੇ ਆਪਾਂ ਨੂੰ ਇਹੋ ਜਿਹੀ ਜਗ੍ਹਾ ਲੱਗਦੀ ਹੈ ਵੀ ਉੱਪਰੀ ਜਗ੍ਹਾ ਉੱਥੇ ਅਸੀਂ ਆਪਦਾ ਮੂੰਹ ਲਵੇਟ ਕੇ, ਇਹਦੇ ਵਿੱਚ ਜਿੰਨੀ ਵੀ ਆਫਤ ਹੁੰਦੀ ਹੈ ਜੀ ਉੰਨੀ ਜ਼ਿਆਦਾ ਤੋਂ ਜ਼ਿਆਦਾ ਉਹ ਕਰਦੇ ਹਾਂ।